सीएम साहब ਦਾ ਪਹਿਲੀ ਗੱਲ ਤੇ ਬਹੁਤ ਵੱਡਾ ਧੰਨਵਾਦ ਸੀ ਕਿ ਉਹਨਾਂ ਨੇ ਜਦੋਂ ਇਸ਼ੂ ਉੱਠਿਆ ਉਸੇ ਦਮ ਇੱਕਦਮ ਜਾਂਚ ਵਿਜੀਲੈਂਸ ਦੀ ਕਰਵਾਈ ਔਰ ਉਹ ਜਾਂਚ ਚੱਲ ਰਹੀ ਸੀ ਔਰ ਕੁਦਰਤੀ ਪਤਾ ਨਹੀਂ ਕਿਵੇਂ ਉਹਦੀ ਜਾਂਚ ਹੈ ਉਹ ਪੁਲਿਸ ਨੂੰ ਸ਼ਿਫਟ ਹੋ ਗਈ ਜਿਸ ਦਾ ਕਿ ਪਬਲਿਕ ਦੇ ਵਿੱਚ ਪਹਿਲਾਂ ਬਹੁਤ ਅੱਛਾ ਮੈਸੇਜ ਸੀ ਲੋਕ ਪਸੰਦ ਕਰ ਰਹੇ ਸੀ ਕਿ ਬਹੁਤ ਵਧੀਆ ਹੋਇਆ ਤੇ ਜਾਂਚ ਸ਼ਿਫਟ ਹੋਣ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਉੱਠਦੇ ਨੇ ਤੇ ਅਸੀਂ ਸਾਡੀ ਸਰਕਾਰ ਹੈ ਕਾਂਗਰਸ ਪਾਰਟੀ ਦੀ ਸਰਕਾਰ ਹੈ ਸੀਐਮ ਸਾਹਿਬ ਨੇ ਜਿਹੜੇ ਕਿ ਵਧੀਆ ਪ੍ਰਸ਼ਾਸਨ ਦੇਣ ਦੇ ਮਾਹਿਰ ਨੇ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਜਾਂਚ ਹੈ ਇਹ ਵਿਜੀਲੈਂਸ ਨੂੰ ਹੀ ਦਿੱਤੀ ਜਾਵੇ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਕੋਈ ਦੁਬਧਾ ਨਾ ਪੈਦਾ ਹੋਵੇ ਸਾਡੀ ਸਰਕਾਰ ਦੇ ਪ੍ਰਤੀ ਔਰ ਨਾਲ ਦੀ ਨਾਲ ਜਾਂ ਕਿਸੇ ਸਿਟਿੰਗ ਜਾਂਚ ਤੋਂ ਕਰਾਈ ਜਾਵੇ ਜੇ ਕੋਈ ਦਿੱਕਤ ਲੱਗਦੀ ਹੈ ਵਿਜੀਲੈਂਸ ਦੇ ਵਿੱਚ ਕਿਉਂਕਿ ਇਹ ਜਾਂਚ ਜਿਹੜੀ ਸੀ ਉਹਦੀ ਹੋਣੀ ਬਹੁਤ ਜ਼ਰੂਰੀ ਹੈ ਉਹਦਾ ਇੱਕ ਬੜਾ ਵੱਡਾ ਇਸ਼ੂ ਜਿਹੜਾ ਹੈ ਉਹ ਅੰਮ੍ਰਿਤਸਰ ਗੁਰੂ ਨਗਰੀ ਨਾਲ ਜੁੜਿਆ ਹੋਇਆ ਔਰ ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਹੈ ਕਿ ਜਦੋਂ ਕੋ ਉੱਥੇ ਗੱਲ ਹੁੰਦੀ ਹੈ ਤਾਂ ਬੜੀ ਵੱਡਾ ਇੱਕ ਨੈਸ਼ਨਲ ਇਸ਼ੂ ਬਣ ਜਾਂਦਾ ਹੈ ਉਸ ਗੱਲ ਨਾਲ ਕਿਉਂਕਿ ਦਰਬਾਰ ਸਾਹਿਬ ਦੀ ਮਹੱਤਤਾ ਕਰਕੇ ਹਰ ਕੋਈ ਉਹਨੂੰ ਬੜੇ ਧਿਆਨ ਨਾਲ ਦੇਖਦਾ ਹੈ ਸੋ ਮੈਂ ਇੱਕ ਗੁਰੂ ਨਗਰੀ ਦੇ ਸੇਵਾਦਾਰ ਦੇ ਤੌਰ ਤੇ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਹੋ ਸਕਦਾ ਹੈ ਕਿ ਇਹ ਚੀਜ਼ਾਂ ਕਈ ਵਾਰੀ ਉਹਨਾਂ ਦੇ ਨੋਲ ਤੋ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਾਂ ਜਿਹੜੀ ਦੁਬਾਰਾ ਜਾਂ ਬਿਜ਼ਨੈਸ ਨੂੰ ਦਿੱਤੀ ਜਾਵੇ ਜਾਂ ਕੋਈ ਹਾਇਰ ਅਥਾਰਟੀ ਤੋਂ ਜਾਂ ਸਿਟਿੰਗ ਜਾਂਚ ਤੋਂ ਕਰਵਾ ਲਈ ਜਾਵੇ ਤਾਂ ਕਿ ਲੋਕਾਂ ਨੂੰ ਨਿਆਂ ਮਿਲ ਸਕੇ ਪਬਲਿਕ ਬਹੁਤ ਖੁਸ਼ੀ ਜਦੋਂ ਜਾਂ ਜਿਹੜੀ ਹੈ ਜਦੋਂ ਸ਼ੁਰੂ ਹੋਈ ਹੈ ਅੱਜ ਵੀ ਪਬਲਿਕ ਉਹਨਾਂ ਤੇ ਯਕੀਨ ਕਰਦੀ ਹੈ